की लगता है जो वादे लोकां दे नाल कर रहे ने भगवंत मान पूरे करनगे? पक्का करनगे। इक ए मां दा वादा है लो पंजाब दे उपकर। मां दा वादा। एक भगवंत मान घर दे वेड़ियां च खेड़दा होगा, कदे सोचा सीगा एमपी संसद तक जग पहुंचूगा? जिदे झोपड़ियां ने उन्हों घर पा के दो, छोटे छोटे पा के दो, किन्नी झोपड़ियां च बैठे लोग, बिल उन्हां नूं उदों भी ज्यादा आई जांदा। जिदे कोल अज पैसा नहीं, अज बंदा मर रहा, उहदे कोल दवाई जोगर पैसा नहीं, पहलां दवाईआं वाला करो। आम आदमी पार्टी ने भगवंत मान नूं सीएम चरी दे वल्लों ऐलान दिता था, जिथे उन्होंने समर्थकां वर्करां दे विच खुशी की लहर, तो उत्थे परिवारक मैंबर भी जिन्हें खुश नज़र आ रहे। तो भगवंत मान के माता जी साढ़े नाल मौजूद ने। माता जी, पहला तो कहो जिहा महसूस हो रहा? बहुत वधिया महसूस हो रहा, खुशी है, पूरी पूरी खुशी है बेटा, तुहानूं देख के पूरी खुशी है। अज सीएम चेहरा ऐलान तय, की लगता जो वादे लोगों के नाल कर रहे ने भगवंत मान पूरे करनगे? मुद्दे चकते ने, तुहानू लगदा ओ जिवें पहला संसद चकते रहे ने मुद्दे ते हुण भी उवें काम करनगे पंजाब दे लोक? उवें जिवें करनगे, संसद च भी जाणगे 29 तरीक नूं बिल लैण, ਹੁਣ ਫਿਰ ਜਾਣਾ 29 ਤਰੀਕ ਨੂੰ, ਉੱਥੇ ਵੀ ਜਾਣਾ, ਉੱਥੇ ਵੀ ਮੁੱਦੇ ਚੱਕਣੇ ਨੇ। ਇਕੱਲਾ ਉਰੇ ਪੰਜਾਬ ਦਾ ਵੀ ਨਹੀਂ, ਉਹ ਨਾ ਜਿਹੜੇ ਕਿਸਾਨ 750 ਬੰਦਾ ਮੁੱਕ ਗਿਆ, ਉਹਨਾਂ ਵਾਸਤੇ ਵੀ ਤਾਂ ਜਾਣਾ, ਉਹਨਾਂ ਨੂੰ ਕੁਛ ਦਬਾ ਕੇ ਲਿਆਉਣਾ। ਇੱਕ ਭਗਵੰਤ ਮਾਨ ਘਰ ਦੇ ਵਿਹੜਿਆਂ 'ਚ ਖੇਡਦਾ ਹੋਊਗਾ, ਕਦੇ ਸੋਚਿਆ ਸੀਗਾ MP ਸੰਸਦ ਤੱਕ ਜਾ ਕੇ ਪਹੁੰਚੂਗਾ? ਉਹ ਤਾਂ ਬੱਚਾ ਹੁੰਦਾ ਨਾ, ਆਪਾਂ ਬੱਚੇ ਨੂੰ ਪਾਲਦੇ ਹਾਂ, ਫਿਰ ਪੜ੍ਹਾਉਂਦੇ ਹਾਂ, ਫਿਰ ਵੱਡਾ ਕਰਦੇ ਹਾਂ, ਫਿਰ ਸੋਚਦੇ ਹਾਂ, ਹੁਣ ਸੋਚਿਆ, ਹੁਣ ਸੋਚ ਲਿਆ। ਭਗਵੰਤ ਮਾਨ ਨੇ ਬਹੁਤ ਹਸਾਇਆ ਵੀ ਹੈ ਲੋਕਾਂ ਨੂੰ, ਕਮੇਡੀਅਨ ਵੀ ਰਹੇ ਨੇ, ਹੈ ਨਾ, ਲੱਗਦਾ ਹੁਣ ਜਿਵੇਂ ਪਹਿਲਾਂ ਹਸਾਉਂਦੇ ਰਹੇ ਸੀਗੇ, ਹੁਣ ਵੀ ਪੰਜਾਬ ਦੇ ਲੋਕਾਂ 'ਤੇ ਉਵੇਂ ਖੁਸ਼ੀਆਂ ਲਿਆਉਣਗੇ? ਲਿਆਉਣਗੇ, ਪੱਕਾ ਲਿਆਉਣਗੇ, ਤੁਸੀਂ ਦੇਖ ਲਿਓ, ਆ ਬਾਈ ਬਾਈ 'ਚ ਹੀ ਦੇਖ ਲਿਓ, ਪੂਰੀਆਂ ਖੁਸ਼ੀਆਂ ਆ ਜਾਣਗੀਆਂ। ਅੱਜ ਸਾਡੇ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ, ਸੜਕਾਂ 'ਤੇ ਰੁਲ ਰਹੇ ਨੇ, ਆਪਾਂ ਦੇਖਦੇ ਹਾਂ ਸਰਕਾਰਾਂ ਕੁਝ ਨਹੀਂ ਕਰਦੀਆਂ, ਰੋਸ ਆ ਉਹਨਾਂ ਨੂੰ, ਬਜ਼ੁਰਗਾਂ ਦੇ ਲਈ, ਔਰਤਾਂ ਦੇ ਲਈ, ਤੁਸੀਂ ਵੀ ਇੱਕ ਔਰਤ ਹੋ, ਮਾਂ ਉਹਨਾਂ ਦੀ, ਕਰਨਗੇ ਕੁਛ ਕੰਮ? ਕਰਨਗੇ, ਸਾਰਾ ਉਹਨਾਂ ਵਾਸਤੇ ਹੀ ਕਹਿੰਦੇ ਹਾਂ ਵੀ ਪਹਿਲਾਂ ਬਜ਼ੁਰਗਾਂ ਦਾ, ਜਿਹਦੇ ਝੋਪੜੀਆਂ ਨੇ ਉਹਨੂੰ ਘਰ ਪਾ ਕੇ ਦਿਓ, ਛੋਟੇ ਛੋਟੇ ਪਾ ਕੇ ਦਿਓ, ਕਿਵੇਂ ਝੋਪੜੀਆਂ 'ਚ ਬੈਠੇ ਲੋਕ, ਬਿੱਲ ਉਹਨਾਂ ਨੂੰ ਉਦੋਂ ਵੀ ਜ਼ਿਆਦਾ ਆਈ ਜਾਂਦਾ, ਨਹੀਂ ਬਿੱਲ ਲਾਉਂਦੇ ਨਹੀਂ, ਉਹ ਟੋਬਿਆਂ 'ਤੇ ਬੈਠੇ ਨੇ, ਉਹਨਾਂ ਨੂੰ ਦੇਖ ਕੇ ਬੜਾ ਮਨ ਦੁਖੀ ਹੋਊ ਵੀ ਆਪ ਵੀ ਇਹ ਕੀ ਬਣੂਗਾ। ਇੰਤਜ਼ਾਰ ਜਿਵੇਂ ਲੋਕਾਂ ਨੇ ਕੀਤਾ, ਉਹਨਾਂ ਦੇ ਸਮਰਥਕਾਂ ਨੇ ਕੀਤਾ ਕਿ ਕਦੋਂ CM ਦਾ ਚਿਹਰਾ ਲਾਉਂਦੇ, ਤੁਸੀਂ ਵੀ ਇੰਤਜ਼ਾਰ ਕੀਤਾ ਸੀ? ਕੀਤਾ ਸੀ, ਕੀਤਾ ਸੀ, ਲੰਬਾ ਇੰਤਜ਼ਾਰ ਦਾ ਲੱਗਿਆ, ਤੁਹਾਨੂੰ ਮਿਲਿਆ ਕੁਛ? ਪਤਾ ਸੀ, ਅਗਰ ਹੁਣ ਮੁੱਖ ਮੰਤਰੀ ਬਣਦੇ ਨੇ ਕੀ ਕੀ ਕਹਿਣਾ ਚਾਹੋਗੇ, ਕੀ ਕਰਨਗੇ? ਸਭ ਤੋਂ ਪਹਿਲਾਂ ਕੋਈ ਮਾਂ ਨੂੰ ਪੁੱਤ ਬਾਰੇ ਸਾਰਾ ਕੁਛ ਪਤਾ ਹੁੰਦਾ, ਮਾਂ ਤਾਂ ਇਹੀ ਕਹੂਗੀ ਪਹਿਲਾਂ ਸਿਹਤ, ਫਿਰ ਪੜ੍ਹਾਈ, ਪਹਿਲਾਂ ਦਵਾਈਆਂ ਜ਼ਰੂਰੀ ਨੇ ਹਰੇਕ ਨੂੰ, ਜਿਹਦੇ ਕੋਲ ਅੱਜ ਪੈਸਾ ਨਹੀਂ, ਅੱਜ ਬੰਦਾ ਮਰ ਰਿਹਾ, ਉਹਦੇ ਕੋਲ ਦਵਾਈ ਜੋਗਰਾ ਪੈਸਾ ਨਹੀਂ, ਪਹਿਲਾਂ ਦਵਾਈਆਂ ਵਾਲਾ ਕਰੋ, ਫਿਰ ਪੜ੍ਹਾਈਆਂ ਵਾਲਾ ਕਰੋ, ਫਿਰ ਆਪਾਂ ਸਾਰਾ ਕਰਾਂਗੇ, ਪਹਿਲਾਂ ਇਹ ਦੋ ਚੀਜ਼ਾਂ ਜ਼ਰੂਰੀ। ਭਗਵੰਤ ਮਾਨ ਦੀ ਮਾਂ, ਹੋ ਸਕਦਾ ਆਉਣ ਵਾਲੇ ਮੁੱਖ ਮੰਤਰੀ ਦੀ ਮਾਂ, ਅੱਜ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ? ਬਹੁਤ ਵਧੀਆ ਕਹਿਣਾ ਚਾਹੂੰਗੀ ਵੀ ਲੜਕੇ ਲੜਾਈ ਲੜੋ, ਤੁਸੀਂ ਇਹ ਕੰਮ ਆਪਾਂ ਖਿੱਚਣਾ, ਇਕੱਲੇ ਦਾ ਕੰਮ ਤਾਂ ਹੀ ਨਹੀਂ, ਜਦੋਂ ਬਣ ਗਿਆ ਫਿਰ ਤੁਹਾਡਾ ਸਾਰਾ ਹੀ ਠੀਕ ਹੋ ਜੂਗਾ। ਸੋ ਸਾਂਝੀ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਜਿਹੜੇ ਖੁਸ਼ੀ ਮਨਾ ਰਹੇ, ਇਹਨਾਂ ਦਾ ਕਈ ਕਹਿਣਾ ਕਿ ਜੇਕਰ ਮੇਰਾ ਪੁੱਤ ਅਗਲਾ ਮੁੱਖ ਮੰਤਰੀ ਬਣਦਾ ਤਾਂ ਬਹੁਤ ਸਾਰੇ ਜੋ ਲੋਕਾਂ ਦੇ ਜੋ ਵਾਅਦੇ ਕਰ ਰਹੇ ਉਹਨੂੰ ਪੂਰਾ ਕੀਤਾ ਜਾਊਗਾ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਘਾਟ ਹੈ, ਜੋ ਸਹੂਲਤਾਂ ਪੱਖੋਂ ਲੋਕ ਜੋ ਸਹੂਲਤਾਂ ਪੱਖੋਂ ਘਾਟ ਮਹਿਸੂਸ ਕਰ ਰਹੇ ਨੇ, ਉਹਨਾਂ ਦੀਆਂ ਸਹੂਲਤਾਂ ਜੋ ਹੈ ਪੂਰੀਆਂ ਕੀਤੀਆਂ ਜਾਣਗੀਆਂ। ਕੈਮਰਾਮੈਨ ਪੰਕਜ ਦੇ ਨਾਲ ਕਮਲਦੀਪ ਕੌਰ।